ਤੁਹਾਨੂੰ ਕਿਹਾ ਸੀ ਨਾ ਸਾਨੂੰ ਵੀ ਆਪਣੀਆਂ ਖੁਸ਼ੀਆਂ ਸ਼ਰੀਕ ਕਰ ਲਿਆ ਕਰੋ। ਅੱਜ ਫੇਰ ਸਾਨੂੰ ਬਿਨ ਬੁਲਾਏ ਮਹਿਮਾਨ ਬਣ ਕੇ ਆਉਣਾ ਪਿਆ। ਚੁੱਪ ਕਰਕੇ ਇੱਥੋਂ ਵਾਪਸ ਚਲਾ ਜਾ। ਅਸਲਾਮ ਵਾਲੇਕੁਮ ਨਾਜ਼ਰੀਨ, ਮੈਂ ਹਾਂ ਤਾਰਕ ਸਾਨੀ ਤੇ ਤੁਸੀਂ ਵੇਖ ਰਹੇ ਮੇਰੇ ਚੈਨਲ ਰੈਬਰ ਇੰਟਰਟੇਨਮੈਂਟ ਪਲੱਸ। ਅੱਜ ਜਿਹੜੀ ਫਿਲਮ ਲੈ ਕੇ ਮੈਂ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੋਇਆ, ਸਭ ਤੋਂ ਪਹਿਲੇ ਮੈਂ ਤੁਹਾਨੂੰ ਇਹ ਦੱਸ ਦੇਵਾਂ ਕਿ ਇਹ ਫਿਲਮ ਤੁਹਾਨੂੰ ਯੂਟਿਊਬ 'ਤੇ ਨਹੀਂ ਮਿਲੇਗੀ। ਉਸ ਫਿਲਮ ਦਾ ਨਾਂ ਹੈ ਕੁਰਬਾਨੀ। ਇਸਾਰ ਐਕਸ਼ਨ ਦੇ ਮੌਜੂ 'ਤੇ ਬਣੀ ਫਿਲਮ ਕੁਰਬਾਨੀ ਆਪਣੇ ਦੌਰ ਦੀ ਸ਼ਾਨਦਾਰ ਫਿਲਮ ਸੀ। 1992 'ਚ ਰਿਲੀਜ਼ ਹੋਣ ਵਾਲੀ ਫਿਲਮ ਕੁਰਬਾਨੀ ਇੱਕ ਰੰਗੀਨ ਪੰਜਾਬੀ ਫਿਲਮ ਸੀ। ਅਦਾਕਾਰ ਸੁਲਤਾਨ ਰਾਈ, ਦੁਰਦਾਨਾ ਰਹਿਮਾਨ, ਇਸਮਾਇਲ ਸ਼ਾਹ, ਬਹਾਰ ਬੇਗਮ, ਸ਼ਫਕਤ ਚੀਮਾ, ਹਮਾਯੂ ਕੁਰੈਸ਼ੀ, ਅਤਾਉਲਾ ਖਾਨ, ਈਸਾ ਖੇਲਵੀ ਔਰ ਆਰਫ ਲੋਹਾਰ। ਆਪਣੇ ਖੂਨ ਦਾ ਖੂਨ ਆਪਣੇ ਹੱਥ ਨਾਲ ਕਰ ਰਿਹਾ ਬਦਨਸੀਬਾ, ਤੈਨੂੰ ਯਾਦ ਹੋਵੇਗਾ ਸਾਰੰਗਾ। ਔਰ ਨੇ ਅਦਾਕਾਰ ਮੁਕਰਮ ਅਮਾਰ ਇਬਰਾਹੀਮ ਤੇ ਜਾਵੇਦ ਨਵਾਬ। ਨਾਜ਼ਰੀਨ, ਉਸ ਦੌਰ ਦੀ ਕਹਾਣੀ ਹੈ ਜਿਸ ਦੌਰ ਵਿੱਚ ਤੁਸੀਂ ਵੇਖਿਆ ਹੋਏਗਾ ਸੁਲਤਾਨ ਰਾਈ, ਆਰਫ ਲੋਹਾਰ ਤੇ ਅਤਾਉਲਾ ਖਾਨ, ਈਸਾ ਖੇਲਵੀ ਦੀਆਂ ਬਹੁਤ ਸਾਰੀਆਂ ਫਿਲਮਾਂ ਜਿਸ ਤਰ੍ਹਾਂ ਦਿਲ ਲੱਗੀ, ਜ਼ਿੰਦਗੀ, ਸਾਂਵਲ, ਬਹੁਤ ਸਾਰੀਆਂ ਫਿਲਮਾਂ ਆਈਆਂ ਸੀ। ਇਸ ਫਿਲਮ ਵਿੱਚ ਸੁਲਤਾਨ ਰਾਈ ਨੇ ਸਰੰਗਾ ਡਾਕੂ ਦਾ ਕਿਰਦਾਰ ਅਦਾ ਕੀਤਾ ਹੈ ਤੇ ਡਾਕੂ ਤੇ ਬੁਰੇ ਕਿਰਦਾਰ ਹੋਣ ਦੀ ਵਜ੍ਹਾ ਤੋਂ ਉਸਦੀ ਬੀਵੀ ਅਫਸ਼ਾਂ ਕੁਰੈਸ਼ੀ ਉਹਨੂੰ ਛੱਡ ਜਾਂਦੀ ਹੈ ਔਰ ਜਾਂਦੇ ਹੋਇਆਂ ਆਪਣੀ ਧੀ ਪਾਇਲ ਨੂੰ ਵੀ ਨਾਲ ਲੈ ਜਾਂਦੀ ਹੈ। ਖੁਰਮ ਇਸਮਾਇਲ ਸ਼ਾਹ ਪਾਇਲ ਨੂੰ ਪਸੰਦ ਕਰਦਾ ਹੈ ਤੇ ਅਲਮਾਸ ਬੇਗਮ ਬਹਾਰ ਉਸਨੂੰ ਸਖ਼ਤ ਨਾਪਸੰਦ ਕਰਦੀ ਹੈ। ਉਹ ਉਸਦੀ ਸ਼ਾਦੀ, ਖੁਰਮ ਦੀ ਸ਼ਾਦੀ ਪਿੰਕੀ ਨਾਲ ਕਰਵਾਉਣਾ ਚਾਹੁੰਦੀ ਹੈ, ਲੇਕਿਨ ਖੁਰਮ ਮਾਂ ਨੂੰ ਰਾਜ਼ੀ ਕਰ ਲੈਂਦਾ ਔਰ ਮਾਂ ਇਸ ਚੀਜ਼ 'ਤੇ ਰਾਜ਼ੀ ਹੋ ਜਾਂਦੀ ਹੈ ਕਿ ਉਹਦੀ ਸ਼ਾਦੀ ਪਾਇਲ ਨਾਲ ਕਰੇ। ਸਰੰਗਾ ਇਸਮਾਇਲ ਸ਼ਾਹ ਖੁਰਮ ਦਾ ਦੁਸ਼ਮਣ ਹੁੰਦਾ ਹੈ ਔਰ ਹਮਾਯੂ ਕੁਰੈਸ਼ੀ ਜਿਸਦਾ ਨਾਮ ਫਿਲਮ ਦੁਰਾਨੀ ਹੁੰਦਾ ਹੈ, ਉਹ ਸਰੰਗਾ ਨੂੰ ਪੈਸੇ ਦੇ ਕੇ ਇਸ ਚੀਜ਼ 'ਤੇ ਕਾਇਲ ਕਰਦਾ ਹੈ ਕਿ ਉਹ ਇਸਮਾਇਲ ਸ਼ਾਹ ਨੂੰ ਜਾਂ ਤਾਂ ਉਹਨੂੰ ਕਤਲ ਕਰੇ ਜਾਂ ਉਹਨੂੰ ਅਗਵਾ ਕਰੇ। ਇਹਨਾਂ ਕਾਗਜ਼ਾਂ 'ਚ ਲਿਖਿਆ ਹੈ ਕਿ ਬੇਗਮ ਅਲਮਾਸ ਨੇ 5 ਸਾਲ ਪਹਿਲੇ ਮੇਰੇ ਕੋਲੋਂ 5 ਕਰੋੜ ਰੁਪਇਆ ਇੰਟਰਸਟ 'ਤੇ ਕਰਜ਼ ਲਿਆ ਸੀ। ਜਿਸ ਦਿਨ ਖੁਰਮ ਇਸਮਾਇਲ ਸ਼ਾਹ ਦੀ ਸ਼ਾਦੀ ਹੁੰਦੀ ਹੈ ਉਸੇ ਦਿਨ ਸਰੰਗਾ ਆਉਂਦਾ ਹੈ ਅਤੇ ਖੁਰਮ ਅਤੇ ਉਹਦੇ ਕਾਰ ਵਾਲੇ ਨੂੰ ਅਗਵਾ ਕਰਕੇ ਦੁਰਾਨੀ ਦੇ ਹਵਾਲੇ ਕਰ ਦਿੰਦਾ ਹੈ। ਦੁਰਾਨੀ ਹਮਾਯੂ ਕੁਰੈਸ਼ੀ ਅਲਮਾਸ ਬੇਗਮ ਨੂੰ ਮਜਬੂਰ ਕਰਦਾ ਹੈ ਕਿ ਉਸ ਟਾਈਮ ਪੇਪਰ 'ਤੇ ਦਸਤਖਤ ਕਰਕੇ ਆਪਣੀ ਸਾਰੀ ਜਾਇਦਾਦ ਦੁਰਾਨੀ ਦੇ ਨਾਮ ਕਰੇ। ਬੱਚਿਆਂ ਦੀ ਜਾਨ ਬਚਾਉਣ ਦੀ ਖਾਤਰ ਅਲਮਾਸ ਬੇਗਮ ਦਸਤਖਤ ਕਰ ਦਿੰਦੀ ਹੈ। ਅਚਾਨਕ ਲੜਾਈ ਸ਼ੁਰੂ ਹੋ ਜਾਂਦੀ ਹੈ। ਜਦੋਂ ਸਰੰਗਾ ਪਾਇਲ ਨੂੰ ਕਤਲ ਕਰਨ ਦੀ ਕੋਸ਼ਿਸ਼ ਕਰਦਾ ਅਤੇ ਉਹਦੇ ਸਾਹਮਣੇ ਉਹਦੀ ਬੀਵੀ ਆ ਜਾਂਦੀ ਹੈ ਅਫਸ਼ਾਂ ਕੁਰੈਸ਼ੀ ਅਤੇ ਉਹਨੂੰ ਦੱਸਦੀ ਹੈ ਕਿ ਪਾਇਲ ਉਹਦੀ ਸਗੀ ਬੇਟੀ ਹੈ। ਜਦੋਂ ਸਰੰਗਾ ਇਹ ਸੁਣਦਾ ਹੈ ਕਿ ਦੁਰਾਨੀ ਉਹਦੀ ਧੀ ਦੀਆਂ ਖੁਸ਼ੀਆਂ ਦਾ ਕਾਤਲ ਹੈ ਅਤੇ ਉਹਦੇ ਰਸਤੇ ਦੀ ਦੀਵਾਰ ਹੈ, ਉਹ ਕਹਿਰ ਬਣ ਕੇ ਦੁਸ਼ਮਣਾਂ ਦੇ ਟੁੱਟ ਪੈਂਦਾ, ਉਹ ਦੁਰਾਨੀ ਨੂੰ ਕਤਲ ਕਰ ਦਿੰਦਾ ਔਰ ਇਸ ਦੌਰਾਨ ਉਹ ਖੁਦ ਵੀ ਹਲਾਕ ਹੋ ਜਾਂਦਾ ਹੈ। ਨਾਜ਼ਰੀਨ, ਅਗਰ ਤੁਹਾਨੂੰ ਮੇਰੀ ਮਾਲੂਮਾਤ ਅੱਛੀ ਲੱਗੀ ਹੋਵੇ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ, ਲਾਈਕ ਵੀ ਕਰੋ ਅਤੇ ਸ਼ੇਅਰ ਵੀ ਕਰੋ। ਨੈਕਸਟ ਵੀਡੀਓ ਤੱਕ ਅੱਲਾ ਹਾਫਿਜ਼।